ਕਾਂਗਰਸ ਵੱਲੋਂ ਵੀ ਰੈਲੀ ਰੱਖੀ ਗਈ ਹੈ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਿਹੜਾ ਹਾਲੇ ਤੱਕ ਜਿਹੜਾ ਨਹੀਂ ਫੜਿਆ ਗਿਆ, ਉਹਦੇ ਸੰਬੰਧ ਵਿੱਚ ਬਰਗਾੜੀ ਦੇ ਵਿੱਚ ਜਿਹੜਾ ਮੋਰਚਾ ਲਗਾਇਆ ਗਿਆ ਉਸਦੇ ਸੰਬੰਧ ਵਿੱਚ ਸਾਡੇ ਨਾਲ ਮਾਨ ਦਲ ਜਿਹੜੇ ਕੁਛ ਵਰਕਰ ਮੌਜੂਦ ਨੇ, ਤੁਸੀਂ ਦੇਖ ਸਕਦੇ ਹੋ ਬੈਨਰ ਫੜ ਕੇ ਜਿਹੜਾ ਇਨਸਾਫ਼ ਦੀ ਗੁਹਾਰ ਲਗਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਬੇਦੀ ਦੇ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਫੜੇ ਜਾਣ। ਇਸ ਸੰਬੰਧ 'ਚ ਮਾਨ ਦਲ ਦੇ ਮੁਖੀ ਜਿਹੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਜਿਹੜਾ ਇਹਨਾਂ ਨੇ ਬੈਨਰ ਵਿੱਚ ਪਾਇਆ ਗਿਆ ਵੀ ਬਰਗਾੜੀ ਪਹੁੰਚੋ, ਅਤੇ ਉਹਨਾਂ ਨੇ ਸੰਦੇਸ਼ ਦਿੱਤਾ ਗਿਆ ਬਰਗਾੜੀ ਪਹੁੰਚ ਕੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਫੜ ਕੇ ਉਹਨਾਂ ਨੂੰ ਸਜ਼ਾ ਦੇ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ। ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਹੀ ਵੀ ਤੁਸੀਂ ਜਿਹੜਾ ਬਰਗਾੜੀ ਜਾ ਰਹੇ ਹੋ ਕੱਲ੍ਹ ਕੀ ਮੁੱਦਾ ਲੈ ਕੇ ਜਾ ਰਹੇ ਹੋ ਅਤੇ ਕੀ ਕਹਿਣਾ ਚਾਹੁੰਦੇ ਹੋ? ਬਰਗਾੜੀ ਦਾ ਜਿਹੜਾ ਮੁੱਦਾ ਹੈ ਉਹ 4.25 ਮਹੀਨੇ ਤੋਂ ਲਗਾਤਾਰ ਚੱਲਦਾ ਆ ਰਿਹਾ। ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ ਦੂਜੇ ਸਿੰਘ ਸਾਹਿਬ ਜੀ ਦੀ ਸਲਾਹ ਦੇ ਨਾਲ ਦਿਨ ਰਾਤ ਉੱਥੇ ਬੈਠੇ ਨੇ। ਉਹਦਾ ਜਿਹੜਾ ਮੁੱਖ ਕਾਰਨ ਹੈ, ਤਿੰਨ ਮੰਗਾਂ ਉਹਨਾਂ ਨੇ ਰੱਖੀਆਂ ਨੇ ਜਿਹੜੀਆਂ ਸਿੱਖ ਕੌਮ ਦੀਆਂ ਬਹੁਤ ਹੀ ਹੱਕੀ ਜਾਇਜ਼ ਅਤੇ ਸੰਵਿਧਾਨਕ ਮੰਗਾਂ ਨੇ, ਜਿਹਦੇ 'ਚ ਇੱਕ ਪਹਿਲੀ ਮੰਗ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਜਿਹੜੀ ਬਰਗਾੜੀ 'ਚ 2015 ਨੂੰ ਹੋਈ ਹੈ ਉਹਦੇ ਦੋਸ਼ੀਆਂ ਨੂੰ ਤੁਰਤ ਗ੍ਰਿਫਤਾਰ ਕੀਤਾ ਜਾਵੇ। ਜਿਸ ਤਰ੍ਹਾਂ ਹੁਣ ਗੱਲ ਕਰੀਏ ਆਮ ਆਦਮੀ ਪਾਰਟੀ ਵੱਲੋਂ ਵੀ ਤੁਹਾਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ, ਸੁਖਪਾਲ ਖਹਿਰਾ ਅਤੇ ਉਹਨਾਂ ਦੀ ਜਿਹੜੀ ਦੂਜੀ ਪਾਰਟੀ ਹੈ ਉਹਨਾਂ ਨੇ ਵੀ ਕਿਹਾ ਵੀ ਬਰਗਾੜੀ ਦੇ ਵਿੱਚ ਜਾ ਕੇ ਜਿਹੜਾ ਅਸੀਂ ਜਿਹੜਾ ਇਨਸਾਫ਼ ਦੀ ਹਾਰ ਲਗਾਵਾਂਗੇ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਤੁਸੀਂ ਕੀ ਸਮਝਦੇ ਵੀ ਆਮ ਆਦਮੀ ਪਾਰਟੀ ਤੁਹਾਡੇ ਨਾਲ ਜਿਹੜੀ ਹੁਣ ਸਮਰਥਨ ਦੇ ਰਹੀ ਹੈ? ਦੇਖੋ, ਆਮ ਆਦਮੀ ਪਾਰਟੀ ਦਾ ਇੱਕ ਧੜਾ ਜੋ ਅਸੀਂ ਅਖਬਾਰਾਂ ਰਾਹੀਂ ਪੜ੍ਹਦੇ ਹਾਂ, ਬਿਨਾਂ ਸ਼ੱਕ ਇਹ ਗੱਲ ਠੀਕ ਆ, ਉਹ 1 ਜੂਨ ਨੂੰ ਵੀ ਖਹਿਰਾ ਸਾਹਿਬ ਅਤੇ ਉਹਦਾ ਸਾਥੀ ਆਏ ਸੀ। ਪਰ ਗੱਲ ਇਹ ਹੈ ਕਿ ਕਈ ਸੰਸਥਾਵਾਂ ਜਿਹੜੀਆਂ ਨੇ ਉਹ ਬਰਗਾੜੀ ਸਾਨੂੰ ਨਹੀਂ ਸਮਰਥਨ ਦੇ ਰਹੇ, ਜਿਹੜੇ ਜਿਹਨੂੰ ਅਸੀਂ ਸਮਰਥਨ ਦੇ ਰਹੇ ਹਾਂ ਉਹਨਾਂ ਨੂੰ ਹੀ ਉਹ ਵੀ ਸਮਰਥਨ ਦੇ ਰਹੇ ਨੇ। ਭਾਵ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਇੱਕ ਧਿਰ ਦੇ ਤੌਰ 'ਤੇ ਬਰਗਾੜੀ ਮੋਰਚੇ ਨੂੰ ਸਮਰਥਨ ਦੇ ਰਹੀ ਹੈ, ਖਹਿਰਾ ਸਾਹਿਬ ਵੀ ਸਮਰਥਨ ਦੇ ਰਹੇ ਨੇ, ਦਲ ਖਾਲਸਾ ਵੀ ਸਮਰਥਨ ਦੇ ਰਿਹਾ ਹੈ, ਯੂਨਾਈਟਿਡ ਅਕਾਲੀ ਦਲ ਵੀ ਸਮਰਥਨ ਦੇ ਰਿਹਾ ਹੈ, ਅਕਾਲੀ ਦਲ 920 ਵੀ ਬੂਟਾ ਸਿੰਘ ਰਣਸੀ ਕੇ ਵੀ ਸਮਰਥਨ ਦੇ ਰਹੇ ਨੇ, ਇਸੇ ਤਰ੍ਹਾਂ ਸੁਤੰਤਰ ਅਕਾਲੀ ਦਲ ਅਤੇ ਹੋਰ ਸੰਤ ਮਹਾਂਪੁਰਖ ਅਤੇ ਜਥੇਬੰਦੀਆਂ ਜਿਹੜੀਆਂ ਨੇ ਸਾਰੀਆਂ ਹੀ ਬਰਗਾੜੀ ਇਨਸਾਫ਼ ਮੋਰਚੇ ਨੂੰ ਸਮਰਥਨ ਦੇ ਰਹੀਆਂ ਨੇ। ਅਤੇ ਤੁਹਾਡੇ ਸਵਾਲ ਦਾ ਜਵਾਬ ਵੀ ਵਿੱਚ ਹੈਗਾ ਕਿ ਉਹਦੇ ਵਿੱਚ ਖਹਿਰਾ ਸਾਹਿਬ ਵੀ ਸਮਰਥਨ ਦੇ ਰਹੇ ਨੇ। ਤੁਹਾਨੂੰ ਲੱਗਦਾ ਉੱਥੇ ਜਿਹੜਾ ਕੱਲ੍ਹ ਜਿਹੜਾ ਬਰਗਾੜੀ ਜਿਹੜਾ ਜਿਹੜਾ ਮੋਰਚੇ ਦੇ ਦੌਰਾਨ ਜਿਹੜਾ ਇਕੱਠ ਰੱਖਿਆ ਗਿਆ, ਕਿੰਨੀ ਕੁ ਸੰਭਾਵਨਾ ਸਿੱਖ ਸੰਗਤ 'ਚ ਪਹੁੰਚਣ ਦੀ ਉੱਥੇ? ਦੇਖੋ, ਦੋ ਗੱਲਾਂ ਨੇ ਜੀ। ਇੱਕ ਤਾਂ ਮੈਂ ਇਹ ਗੱਲ ਬਹੁਤ ਅੱਜ ਸਪਸ਼ਟ ਕਹਿ ਸਕਦਾ, ਜਿੰਨਾ ਮੈਂ ਪਿਛਲੇ 2.5 ਦਿਨਾਂ ਤੋਂ ਲਗਾਤਾਰ ਫੋਨਾਂ ਦੇ ਉੱਤੇ ਮੈਨੂੰ ਜੋ ਸੁਨੇਹੇ ਮਿਲ ਰਹੇ ਨੇ ਪਾਰਟੀ ਦੇ ਲੀਡਰ ਹੋਣ ਦੇ ਨਾਤੇ, ਸੇਵਾਦਾਰ ਹੋਣ ਦੇ ਨਾਤੇ, ਕਿ ਕੋਈ ਪਿੰਡ ਐਸਾ ਨਹੀਂ ਰਿਹਾ ਪੰਜਾਬ ਦਾ ਜਿੱਥੋਂ 1 ਜਾਂ 2 ਵਹੀਕਲ ਛੋਟੇ ਜਾਂ ਵੱਡਾ ਕੋਈ ਵੀ ਹੋਵੇ ਉਹ ਨਹੀਂ ਜਾ ਰਹੇ। ਸੋ ਉਸ ਹਿਸਾਬ ਨਾਲ ਮੈਨੂੰ ਲੱਗਦਾ ਸਰਬੱਤ ਖਾਲਸਾ ਜਿਹੜਾ ਚੱਬੇ ਹੋਇਆ ਸੀ ਉਹਦਾ ਵੀ ਰਿਕਾਰਡ ਨਾ ਟੁੱਟ ਜਾਵੇ। ਦੋ ਸਾਡੇ ਵੱਡੇ ਇਕੱਠ ਜਿਹੜੇ ਸਿੰਘ ਸਾਹਿਬ ਜੀ ਨੇ ਕਹੇ ਨੇ, ਇੱਕ ਤਾਂ ਇਹ 7 ਤਰੀਕ ਵਾਲਾ ਹੈ, ਇਹ ਤਾਂ ਕੀਤਾ ਜਾ ਰਿਹਾ ਕਿਉਂਕਿ ਦੂਜੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਕਾਂਗਰਸ ਅਤੇ ਬਾਦਲ ਉਹ ਬਰਗਾੜੀ ਮੋਰਚੇ ਨੂੰ ਤਾਰ ਪੀੜੋ ਕਰਨ ਦੀ ਕੋਸ਼ਿਸ਼ ਕਰਦੀ ਹੈ। ਸਿੱਖ ਜਿਹੜੇ ਨੇ, ਖਾਸ ਕਰ ਜਿਹੜੇ ਪੰਜਾਬੀਆਂ 'ਚੋਂ ਸਿੱਖ ਨੇ, ਇਹ ਕਦੇ ਵੀ ਅਜਿਹੇ ਚੈਲੰਜ ਨੂੰ ਨਾ ਮਤਲਬ ਸਵੀਕਾਰ ਕਰਨੋਂ ਰਹਿੰਦੇ ਨਹੀਂ ਹਨ। ਉਹਨਾਂ ਨੇ ਸਵੀਕਾਰ ਕਰ ਲਿਆ ਅਤੇ ਹਰ ਘਰ 'ਚੋਂ ਹੁਣ ਬੰਦਾ ਤਿਆਰ ਹੈ ਅਤੇ ਢਾਡੀ ਸਿੰਘ ਵੀ ਵਾਰਾਂ ਗਾਈ ਜਾ ਰਹੇ ਨੇ ਅੱਜ ਵੀ, ਸੁਣ ਓਏ ਯਾਰਾ ਆਪਾਂ ਚਲੀਏ ਬਰਗਾੜੀ, ਸੁਣ ਓਏ ਆੜੀ ਆਪਾਂ ਚਲੀਏ ਬਰਗਾੜੀ। ਅੱਜ ਸਵੇਰ ਦੀ ਇਹ ਜਿਹੜੀ ਹੈ ਇਹ ਸਾਰੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਹੈ, ਇੱਕ ਬੀਬੀ ਨੇ ਵੀ ਗਾਈ ਹੈ। ਸੋ ਜਿਹੜਾ ਜ਼ੁਲਮ ਕਰਨ ਵਾਲੇ ਅਤੇ ਜ਼ੁਲਮ ਨੂੰ ਇਨਸਾਫ ਨਾ ਦੇ ਕੇ ਜ਼ੁਲਮ ਕਰਨ ਵਾਲੇ, ਇਹ ਦੋ ਧਿਰਾਂ ਮੈਂ 70 ਸਾਲ ਤੋਂ ਦੇਖ ਰਿਹਾ, ਇਹ ਇਕੱਠੀਆਂ ਚੱਲਦੀਆਂ ਨੇ। ਅਤੇ ਅੱਜ ਜਿਹੜਾ ਇਹ 7 ਤਰੀਕ ਦਾ ਹੈ ਇਹਦੇ ਵਿੱਚ ਲੰਬੀ ਅਤੇ ਪਟਿਆਲਾ ਇਕੱਠੇ ਚੱਲ ਰਹੇ ਨੇ। ਬਰਗਾੜੀ ਜਿਹੜਾ ਉਹ ਇਨਸਾਫ਼ ਮੋਰਚਾ ਜਿਹੜਾ ਉਹ ਆਪਣੇ ਰੌਂ ਦੇ ਵਿੱਚ ਚੜ੍ਹਦੀ ਕਲਾ ਜਾਊਗਾ। ਇਹ ਗੱਲ ਪੱਥਰ 'ਤੇ ਲਕੀਰ ਹੋ ਗਈ ਹੈ, ਜੇ ਕੋਈ ਤੁਹਾਡੇ ਵਰਗਾ ਇਨਸਾਫ਼ ਪਸੰਦ ਮੀਡੀਆ ਕੱਲ੍ਹ ਦੀ ਰਿਪੋਰਟ ਕੱਲ੍ਹ ਦੁਪਹਿਰ ਤੋਂ ਬਾਅਦ ਦਊਗਾ ਤਾਂ ਉਹ ਸਪਸ਼ਟ ਕਹੂਗਾ। ਮੈਂ ਤਾਂ ਬੇਨਤੀ ਕਰਦਾ ਕਿ BBC ਇੱਥੇ ਆਵੇ, ਇੱਥੇ CNN ਆਵੇ, ਇੱਥੇ ਅਲ ਜ਼ਜ਼ੀਰਾ ਆਵੇ, ਜਿਨ੍ਹਾਂ ਚੈਨਲਾਂ ਦੀ ਦੁਨੀਆ ਭਰ 'ਚ ਮਾਨਤਾ ਹੈ, ਜਾਂ ਤੁਹਾਡੇ ਵਰਗੇ ਜਿਹੜੇ ਇਨਸਾਫ਼ ਪਸੰਦ ਮੀਡੀਆ ਨੇ ਉਹ ਜੇ ਕੱਲ੍ਹ ਦੁਪਹਿਰ ਤੋਂ ਬਾਅਦ, ਕੱਲ੍ਹ 3 ਵਜੇ ਤੋਂ ਬਾਅਦ ਰਿਪੋਰਟਾਂ ਨਸ਼ਰ ਕਰਨਗੇ ਤਾਂ ਇੱਕੋ ਹੀ ਰਿਪੋਰਟ ਆਊਗੀ, ਰੁਲ ਗਿਆ ਬਰਗਾੜੀ, ਰੁਲ ਗਿਆ ਵਾਹਿਗੁਰੂ ਸੱਚੇ ਪਾਤਸ਼ਾਹ, ਮਾਫ਼ ਕਰਿਓ, ਰੁਲ ਗਿਆ ਲੰਬੀ, ਰੁਲ ਗਿਆ ਪਟਿਆਲਾ, ਅਤੇ ਚੜ੍ਹਦੀ ਕਲਾ ਹੋ ਗਈ ਬਰਗਾੜੀ ਦੀ। ਕਿ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਵੱਲੋਂ ਰੈਲੀ ਰੱਖੀ ਗਈ ਹੈ, ਕਿ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਵੀ ਕਿਹਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਾ ਅਸੀਂ ਜਿਹੜਾ ਇਨਸਾਫ਼ ਦਵਾ ਕੇ ਰਖਾਟਾਂਗੇ, ਕਿ ਰੈਲੀ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਨਸਾਫ਼ ਮਿਲੂਗਾ ਜੀ? ਸੁਖਬੀਰ ਬਾਦਲ ਨੇ ਤਾਂ ਮੈਂ ਨਹੀਂ ਸੋਚਦਾ ਕਦੇ ਵੀ ਇਹ ਕਿਹਾ ਹੋਵੇ ਵੀ ਬਰਗਾੜੀ ਦਾ ਇਨਸਾਫ਼ ਦਵਾ ਕੇ ਹਟਾਂਗੇ। ਸੁਖਬੀਰ ਬਾਦਲ ਨੇ ਤਾਂ ਹਮੇਸ਼ਾ ਇਹੀ ਕਿਹਾ ਵੀ ਅਸੀਂ ਬਰਗਾੜੀ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ
ਸਾਡੇ ਸਿੰਘਾਂ ਦਾ ਜਿਹੜਾ ਉੱਥੇ ਕਤਲੇਆਮ ਹੋਇਆ ਉਹਨੂੰ ਦਬਾ ਕੇ ਰੱਖਾਂਗਾ। ਇਹ ਉਹਦੀ ਸਰਕਾਰ ਦੀ ਨੀਤੀ ਵੀ ਸੀ। ਉਹ ਅੱਜ ਵੀ ਜਿਹੜਾ ਜ਼ੋਰ ਲਾ ਰਿਹਾ ਉਹ ਸੱਚ ਨੂੰ ਦਬਾਉਣ ਕਰਕੇ ਲੈ ਰਿਹਾ। ਉਹ ਸੈਣੀ DGP ਨੂੰ ਬਚਾ ਰਿਹਾ ਅਤੇ ਆਪਣੇ ਪਿਓ ਜਿਹੜਾ ਉਹਦਾ ਅਸਲੀ ਪਿਓ ਹੈ ਰਾਮ ਰਹੀਮ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਤੁਹਾਨੂੰ ਕੀ ਲੱਗਦਾ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਇੰਨੀ ਦੇਰੀ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ? ਤੁਹਾਨੂੰ ਲੱਗਦਾ ਕੀ ਕਾਰਨ ਕੀ ਹੈ? ਕੈਪਟਨ ਅਮਰਿੰਦਰ ਸਿੰਘ ਦੇ ਕੋਈ ਨਿੱਜੀ ਕਾਰਨ ਹੋ ਸਕਦੇ ਨੇ? ਹੋ ਸਕਦਾ ਜਿਵੇਂ ਰਾਜਨਾਥ ਸਿੰਘ ਜੀ ਕਹਿੰਦੇ ਨੇ ਵੀ ਸਾਡੇ ਕੋਲ ਵੀ ਜਿਹੜਾ ਸਾਡਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਉਹਦੇ ਬੜੇ ਸਾਡੇ ਕੋਲ ਨੋਟ ਆ ਗਏ ਨੇ ਜੀ, ਕੋਈ ਪਾਕਿਸਤਾਨ ਦਾ ਸ਼ਹਿਰੀ ਤੁਹਾਡੇ ਕੋਲ ਰਹਿੰਦਾ। ਸੋ ਉਹ ਜੇ ਉਹਨਾਂ ਦੇ ਕੋਈ ਕਾਰਨ ਹੋ ਸਕਦੇ ਨੇ ਨਿੱਜੀ ਕਾਰਨ। ਪਰ ਪੰਜਾਬ ਦੀ ਜਿਹੜੀ ਕਾਂਗਰਸ ਲੌਬੀ ਹੈ ਜੋ ਨਜ਼ਾਰਾ ਦੁਨੀਆ ਨੇ ਪ੍ਰਤੱਖ ਤੌਰ 'ਤੇ ਲਾਈਵ ਰਹਿ ਕੇ 28 ਅਗਸਤ 2011 ਨੂੰ ਇਤਿਹਾਸਿਕ ਤੌਰ 'ਤੇ ਪੰਜਾਬ ਅਸੈਂਬਲੀ ਦੇ ਵਿੱਚ ਦੇਖਿਆ, 117 'ਚੋਂ 17 ਬੰਦੇ ਤਾਂ ਹੈਗੇ ਦੋਸ਼ੀ MLA ਬਾਦਲ ਦੇ ਅਤੇ BJP ਦੇ। 100 MLA ਨੇ ਸਰਬਸੰਮਤੀ ਨਾਲ ਕਹਿਤਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਮੁਤਾਬਕ ਸਵੇਰੇ ਹੀ ਪ੍ਰਕਾਸ਼ ਬਾਦਲ ਨੂੰ, ਸੁਖਬੀਰ ਬਾਦਲ ਨੂੰ, DGP ਸੈਣੀ ਨੂੰ ਬਾਬੇ 'ਤੇ ਕੇਸ ਚਲਾਉਣ ਨੂੰ ਅਤੇ ਚਰਨਜੀਤ ਸ਼ਰਮਾ ਵਰਗੇ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਸ ਅਸੈਂਬਲੀ ਦੀ ਭਾਵ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਦਬਾ ਕੇ ਅਮਰਿੰਦਰ ਸਿੰਘ ਕੌਮ ਅੱਗੇ ਦੋਸ਼ੀ ਹੈ ਅਤੇ ਉਸ ਚੀਜ਼ ਨੂੰ ਤਾਰ ਪੀੜੋ ਕਰਕੇ ਅਤੇ ਉਹ ਜ਼ੁਲਮ ਨੂੰ ਮਤਲਬ ਕਹਿਣ ਤੋਂ ਪੀੜ੍ਹੀਆਂ ਤੱਕ ਨਿਭਾਉਣ ਵਾਸਤੇ ਬਾਦਲ ਦੀ ਸਾਰੀ ਜੁੰਡਲੀ ਜਿਹੜੀ ਹੈ ਉਹ ਦੋਸ਼ੀ ਹੈ ਅਤੇ ਤਰਲੋ ਮੱਛੀ ਹੋ ਰਹੀ ਹੈ। ਕਿਸੇ ਤਰੀਕੇ ਨਾਲ ਇਹ ਜਿਹੜਾ ਦੋਸ਼ ਹੈ ਇਹ ਜਿਹੜਾ ਮਤਲਬ ਕਿ ਸਾਡੇ ਸਿਰ ਉਹਨਾਂ ਦੇ ਸਿਰ ਜਿਹੜਾ ਪਾਪ ਆ ਗਿਆ ਬਾਦਲਾਂ ਦੇ ਸਿਰ ਜਿਹੜਾ ਪ੍ਰਤੱਖ ਹੋ ਗਿਆ ਜਿਹੜਾ ਉਹ ਲੁੱਕ ਕੇ ਕਰਦੇ ਸੀ। ਵੈਸੇ ਮੈਂ ਤਾਂ ਇੱਕ ਗੱਲ ਦੋ ਲਫ਼ਜ਼ਾਂ 'ਚ ਕਹਿੰਦਾ, 1978 ਤੋਂ ਸਭ ਤੋਂ ਵੱਡਾ ਜਲਾਦ ਜਿਹੜਾ ਉਹ ਪ੍ਰਕਾਸ਼ ਬਾਦਲ ਹੈ ਸਿੱਖਾਂ ਦਾ। ਜਦੋਂ 78 'ਚ ਵਿਸਾਖੀ ਵਾਲੇ ਦਿਨ ਨਿਰੰਕਾਰੀਆਂ ਤੋਂ ਇਹਨੇ ਸਿੱਖ ਮਰਵਾ ਕੇ ਅਤੇ ਨਿਰੰਕਾਰੀਏ ਬਾਹਰ ਕੱਢੇ, ਉਦੋਂ ਵੀ ਚੀਫ ਮਿਨਿਸਟਰ ਇਹ ਸੀ। ਜਦੋਂ ਬਰਗਾੜੀ, ਬਹਿਬਲ ਕਲਾਂ, ਜਸਪਾਲ ਸਿੰਘ ਚੌੜ ਸਿੱਧਵਾਂ, ਦਰਸ਼ਨ ਸਿੰਘ ਲੋਹਾਰਾ, ਕਰਮਜੀਤ ਸਿੰਘ ਸੁਨਾਮ, ਆਪਣਾ ਡੱਬ ਵਾਲੀ ਵਾਲਾ ਹਰਵਿੰਦਰ ਸਿੰਘ ਅਤੇ ਆਹ ਸਾਰੇ ਜਿਹੜੇ ਸਾਡੇ ਬੱਚੇ ਸ਼ਹੀਦ ਹੋਏ ਨੇ ਇਹ ਸਾਰੇ ਬਾਦਲ ਦੇ ਟਾਈਮ 'ਤੇ ਹੋਏ ਨੇ। ਸੋ ਇਹਨੇ ਇਹਨਾਂ ਨੂੰ ਲੁਕੋਇਆ, ਇਹਨਾਂ ਪਾਪਾਂ ਨੂੰ ਲੁਕੋਇਆ। ਪਰ ਆਖਿਰ ਕਹਿੰਦੇ ਵੀ ਕੁਦਰਤ ਵੀ ਆਪਣਾ ਰੋਲ ਅਦਾ ਕਰਦੀ ਹੈ ਅਤੇ ਅੱਜ ਕੁਦਰਤ ਨੇ ਨੰਗੇ ਚਿੱਟੇ ਕਰਤਾ। ਅੱਜ ਮਹਿੰਦਰਪਾਲ ਬਿੱਟੂ ਸਾਫ਼ ਕਹਿ ਰਿਹਾ ਵੀ 5 ਕਰੋੜ ਰੁਪਈਆ ਮੈਨੂੰ ਬਾਬੇ ਨੇ ਦਿੱਤਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਂ। ਅਤੇ ਉਸੇ ਬਾਬੇ ਨੇ ਇਲੈਕਸ਼ਨ ਦੇ ਵਿੱਚ ਸਿਰਸੇ ਵਾਲੇ ਬਾਬੇ ਨੇ ਬਾਦਲ ਦੀ ਖੁੱਲ੍ਹੀ ਸਪੋਰਟ ਕੀਤੀ ਹੈ। ਇਹ ਸਾਰਾ ਬਾਦਲ ਨੇ ਉਹਨੂੰ ਪਹਿਲਾਂ ਬਿਨਾਂ ਸ਼ਰਤ 24 ਸਤੰਬਰ ਨੂੰ ਮਾਫ਼ ਕੀਤਾ ਜਿੱਥੋਂ ਸਿੱਖ ਕੌਮ ਭੜਕੀ ਹੈ। ਇਹ ਸਾਰੀਆਂ ਗੱਲਾਂ ਜੇ ਜੋੜੀਏ ਨਾ ਤਾਂ ਸਭ ਤੋਂ ਵੱਡਾ ਕਾਤਲ, ਫੜ ਤੋਂ ਵੱਡਾ ਜਿਹੜਾ ਜ਼ਾਲਮ ਬੰਦਾ ਹੈ ਜਿਹੜਾ ਉਹ ਹੈ ਪ੍ਰਕਾਸ਼ ਬਾਦਲ, ਉਹਦਾ ਪੁੱਤ ਸੁਖਬੀਰ, ਉਹਦੇ ਪੁੱਤ ਦਾ ਸਾਲਾ ਮਜੀਠੀਆ ਜਿਹੜਾ ਨਸ਼ੇ ਬਣ ਕੇ ਸਿੱਖ ਪੰਜਾਬ ਦੇ ਲੋਕਾਂ ਨੂੰ ਖਤਮ ਕਰ ਰਿਹਾ ਹੈ। ਇਹਨਾਂ ਦਾ ਅਹਿਲਕਾਰ DGP ਸੈਣੀ ਜਿਹਨੇ ਬਹੁਤ ਮੁੰਡੇ ਮਾਰੇ ਨੇ ਸਿੱਖਾਂ ਦੇ, ਨਜਾਇਜ਼ ਮਾਰੇ ਨੇ। ਉਸ ਤੋਂ ਬਾਅਦ ਸਿਰਸੇ ਵਾਲਾ ਜਿਹੜਾ ਇਹਨਾਂ ਦਾ ਸੂਤਰਧਾਰ ਹੈ, ਅੱਜ ਇਹਨਾਂ ਦਾ ਪਿਓ ਹੈ, ਉਹ ਜਿਹੜਾ ਪਿਤਾ ਜੀ ਨੂੰ ਕਹਿੰਦੇ ਨੇ ਇਹ ਸਾਰੇ ਪ੍ਰੇਮੀ ਹੋ ਗਏ। ਸੋ ਇਹ ਸਾਰੀ ਜੁੰਡਲੀ ਜਿਹੜੀ ਹੈ ਇਹ ਜ਼ਿੰਮੇਵਾਰ ਹੈ ਅਤੇ ਜਦੋਂ ਤੱਕ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਬਰਗਾੜੀ ਮੋਰਚਾ ਜਿਹੜਾ ਹੈ, ਜਿਵੇਂ ਧਿਆਨ ਸਿੰਘ ਜੀ ਮੰਡ ਕਹਿ ਰਹੇ ਨੇ ਸਿੰਘ ਸਾਹਿਬ, ਉਹ ਚੱਲਦਾ ਰਹੂਗਾ। ਸਿੱਖ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਕੱਲ੍ਹ ਕਿਸ ਤਰ੍ਹਾਂ ਆਉਣ ਅਤੇ ਉੱਥੇ ਜਾ ਕੇ ਜਿਹੜਾ ਆਪਣਾ ਮੋਰਚਾ ਫਤਿਹ ਕਰਨ? ਸਿੱਖ ਸੰਗਤ ਨੂੰ 2 ਅਪੀਲਾਂ ਨੇ, ਲੰਬੀ ਅਤੇ ਪਟਿਆਲੇ ਦੀਆਂ ਰੈਲੀਆਂ ਦਾ ਟੋਟਲ ਬਾਈਕਾਟ ਕਰ ਦਿਓ ਅਤੇ ਬਰਗਾੜੀ ਜਿੰਨਾ ਵੱਧ ਤੋਂ ਵੱਧ ਹੋ ਸਕੇ ਉੱਥੇ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪਣੀ ਸ਼ਰਧਾ ਅਤੇ ਹਾਜ਼ਰੀ ਜਿਹੜੀ ਹੈ ਉਹ ਯਕੀਨੀ ਬਣਾਓ। ਇਹੀ ਸਾਡੀ ਬੇਨਤੀ ਹੈ। ਇਹ ਸਨਮਾਨ ਦਲ ਦੇ ਮੁਖੀ ਜਿਨ੍ਹਾਂ ਦਾ ਕਹਿਣਾ ਕਿ ਬਰਗਾੜੀ ਵਿਖੇ ਪਹੁੰਚ ਕੇ ਜਿਹੜਾ ਸਿੱਖ ਸੰਗਤਾਂ ਜਿਹੜਾ ਉੱਥੇ ਆ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਉਣ। ਕੈਮਰਾ ਪਰਸਨ ਕਮਲ ਦਵਾ ਦੇ ਨਾਲ ਅਮਰਜੀਤ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, TIME TV।